ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪ੍ਰਭਜੋਤ ਤੁਹਾਡਾ ਸਭ ਦਾ ਇਸ ਚੈਨਲ 'ਤੇ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਵਿੰਡੋਜ਼ 10 ਦੇ ਬਾਰੇ, ਉਹਦੀ ਇੰਸਟਾਲੇਸ਼ਨ ਬਾਰੇ। ਦੋਸਤੋ, ਜੇ ਤੁਹਾਨੂੰ ਥੋੜ੍ਹਾ ਬਹੁਤ ਵੀ PC ਯੂਜ਼ ਕਰਨਾ ਆਉਂਦਾ, ਤੁਸੀਂ ਲੈਪਟਾਪ ਚਲਾ ਲੈਂਦੇ ਹੋ, ਡੈਸਕਟਾਪ ਚਲਾ ਲੈਂਦੇ ਹੋ, ਤਾਂ ਤੁਸੀਂ ਵਿੰਡੋਜ਼ 10 ਨੂੰ ਵੀ ਈਜ਼ੀਲੀ ਇੰਸਟਾਲ ਕਰ ਸਕਦੇ ਹੋ। ਇਹ 'ਚ ਵੀ ਕੋਈ ਬਾਹਲੀ ਵੱਡੀ ਗੱਲ ਨਹੀਂ ਹੁੰਦੀ, ਬਸ ਇੱਕ ਹਊਆ ਜਿਹਾ ਹੀ ਹੁੰਦਾ ਕਿ ਵਿੰਡੋਜ਼ ਨੂੰ ਯਾਰ ਇੰਸਟਾਲ ਕਰਨਾ ਕਿਵੇਂ ਕਰੀਏ, ਕੀ ਕਰੀਏ, ਕੋਈ ਗੜਬੜ ਤਾਂ ਨਹੀਂ ਹੋ ਜੂਗੀ। ਇੰਸਟਾਲ ਕਰਦੇ ਹੋਏ ਕੁਛ ਵੀ ਹੋ ਜੇ, ਤੁਸੀਂ ਉਹਨੂੰ ਦੁਬਾਰਾ ਕੰਟੀਨਿਊ ਕਰ ਸਕਦੇ ਹੋ, ਇਸ ਲਈ ਡਰਨ ਵਾਲੀ ਕੋਈ ਗੱਲ ਨਹੀਂ। ਚਾਹੇ ਤੁਸੀਂ ਪੈਨ ਡਰਾਈਵ ਨੂੰਮਤਲਬ ਇੰਸਟਾਲ ਕਰਦੇ ਹੋਏ ਤੁਸੀਂ ਬਾਹਰ ਕੱਢ ਲਓ, ਚਾਹੇ ਲਾਈਟ ਭੱਜ ਜਾਓ, ਕੁਛ ਮਰਜ਼ੀ ਹੋ ਜਾਏ, ਕਿਤੇ ਮਰਜ਼ੀ ਜਾ ਕੇ ਕੈਂਸਲ ਹੋ ਜਾਏ ਇੰਸਟਾਲੇਸ਼ਨ ਤੁਹਾਡੀ, ਤੁਸੀਂ ਦੁਬਾਰਾ ਉਹਨੂੰ ਸ਼ੁਰੂ ਤੋਂ ਕੰਟੀਨਿਊ ਕਰ ਸਕਦੇ ਹੋ, ਇਸ ਲਈ ਡਰਨ ਵਾਲੀ ਕੋਈ ਗੱਲ ਹੈ ਨਹੀਂ। ਵਿੰਡੋਜ਼ ਨੂੰ ਇੰਸਟਾਲ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਵਿੰਡੋਜ਼ ਡਾਊਨਲੋਡ ਕਰਨੀ ਪਊਗੀ। ਉਹ ਡਾਊਨਲੋਡ ਹੁਣ ਕਿਵੇਂ ਹੋਊਗੀ, ਉਹਦੇ ਲਈ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਲਿੰਕ ਦੇ ਦਿੰਦਾ, ਉਹ ਤੁਸੀਂ ਓਪਨ ਕਰ ਲੈਣਾ, ਜਾਂ ਫਿਰ ਗੂਗਲ 'ਚ ਜਾ ਕੇ ਸਰਚ ਕਰਨਾ ਹੈ ਡਾਊਨਲੋਡ ਵਿੰਡੋਜ਼ 10। ਇੱਥੇ ਜਾ ਕੇ ਆਪਾਂ ਨੇ ਪਹਿਲਾ ਲਿੰਕ ਓਪਨ ਕਰ ਲੈਣਾ, ਇਹ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦੇ ਦੂੰਗਾ, ਤੁਸੀਂ ਸਿੱਧਾ ਉੱਥੋਂ ਹੀ ਓਪਨ ਕਰ ਸਕਦੇ ਹੋ। ਫਿਰ ਉਹ ਤੋਂ ਬਾਅਦ ਆਪਾਂ ਨੇ ਜਾਣਾ ਇੱਥੇ, ਇਹ ਜਿਹੜਾ ਆਪਾਂ ਨੂੰ ਦਿਖ ਰਿਹਾ ਇੱਥੇ ਡਾਊਨਲੋਡ ਟੂਲ ਨਾਲ ਲਿਖਿਆ ਆ ਰਿਹਾ, ਇਹ 'ਤੇ ਆਪਾਂ ਕਲਿੱਕ ਕਰਾਂਗੇ। ਇਸ ਤੋਂ ਬਾਅਦ ਇਹਨੂੰ ਡਾਊਨਲੋਡ ਕਰ ਲੈਣਾ। ਡਾਊਨਲੋਡ ਕਰਨ ਤੋਂ ਬਾਅਦ ਇਹਨੂੰ ਆਪਾਂ ਨੇ ਇੰਸਟਾਲ ਕਰਨਾ ਹੈ, ਯਾਨੀ ਕਿ ਇਹਨੂੰ ਓਪਨ ਕਰ ਲੈਣਾ। ਇਹ ਥੋੜ੍ਹਾ ਜਿਹਾ ਟਾਈਮ ਲਊਗਾ, ਕਿਉਂਕਿ ਹੁਣ ਜਿਹੜਾ ਕੰਮ ਇਹ ਕਰੂਗਾ, ਇਹ ਅਸਲ 'ਚ ਵਿੰਡੋਜ਼ ਨੂੰ ਡਾਊਨਲੋਡ ਕਰੂਗਾ, ਅਤੇ ਇਹ ਸਾਰਾ ਜਿਹੜਾ ਪ੍ਰੋਸੈਸ ਹੋ ਰਿਹਾ ਇਹ ਇੰਟਰਨੈਟ ਕਨੈਕਸ਼ਨ ਦੀ ਹੈਲਪ ਨਾਲ ਹੀ ਹੋਊਗਾ। ਜੇਕਰ ਤੁਹਾਡੇ ਕੋਲ ਇੰਟਰਨੈਟ ਕਨੈਕਸ਼ਨ ਨਹੀਂ ਹੈਗਾ ਤਾਂ ਤੁਸੀਂ ਇਹ ਨਹੀਂ ਕਰ ਪਾਓਗੇ। ਵਿੰਡੋਜ਼ ਨੂੰ ਡਾਊਨਲੋਡ ਕਰਨ ਲਈ ਇੱਕ ਨਿੱਕਾ ਜਿਹਾ ਸੋਫਟਵੇਅਰ ਹੈ, ਪਹਿਲਾਂ ਇਹਨੂੰ ਡਾਊਨਲੋਡ ਕਰਨਾ ਪੈਂਦਾ, ਅਤੇ ਉਦੋਂ ਬਾਅਦ ਆਪਾਂ ਇਹਦੀ ਹੈਲਪ ਨਾਲ ਵਿੰਡੋਜ਼ ਨੂੰ ਡਾਊਨਲੋਡ ਕਰਾਂਗੇ। ਇੱਥੇ ਆਪਾਂ ਨੇ ਕਰ ਦੇਣਾ ਐਕਸੈਪਟ। ਹੁਣ ਇੱਥੇ ਆਪਣੇ ਕੋਲ ਦੋ ਆਪਸ਼ਨਸ ਨੇ, ਇੱਕ ਤਾਂ ਹੈਗੀ ਹੈ ਅਪਗ੍ਰੇਡ ਦਿਸ PC ਨਾਓ, ਅਤੇ ਦੂਜਾ ਹੈਗਾ ਕ੍ਰੀਏਟ ਇੰਸਟਾਲੇਸ਼ਨ ਮੀਡੀਆ। ਅਪਗ੍ਰੇਡ ਦਾ ਮਤਲਬ ਹੁੰਦਾ ਕਿ ਤੁਹਾਡੇ ਕੋਲ ਕੋਈ ਕਾਪੀ ਨਹੀਂ ਮਿਲੂਗੀ, ਤੁਹਾਨੂੰ ਵਿੰਡੋਜ਼ ਦੀ ਕੁਛ ਵੀ ਨਹੀਂ ਮਿਲੂਗਾ, ਇਹ ਸਿੱਧਾ ਹੀ ਮਤਲਬ ਇੰਸਟਾਲ ਕਰਕੇ ਆਪਣੇ ਆਪ ਹੀ ਵਿੰਡੋਜ਼ ਨੂੰ ਇੰਸਟਾਲ ਕਰਨ ਲੱਗ ਜੂਗਾ। ਅਤੇ ਦੂਜੀ ਆਪਸ਼ਨ ਹੈਗੀ ਆਪਣੇ ਕੋਲ ਕ੍ਰੀਏਟ ਇੰਸਟਾਲੇਸ਼ਨ ਮੀਡੀਆ। ਮੀਡੀਆ ਮਤਲਬ ਕਿ ਕੋਈ ਵੀ ਆਪਾਂ ਪੈਨ ਡਰਾਈਵ 'ਚ ਜਾਂ ਕੋਈ ਆਪਣੇ ਕੋਲ CD/DVD ਲਗਾ ਲਓ, ਉਹਦੇ ਵਿੱਚ ਆਪਾਂ ਇਹਨੂੰ ਵਿੰਡੋਜ਼ ਨੂੰ ਸੇਵ ਕਰਕੇ ਰੱਖ ਸਕਦੇ ਹਾਂ। ਸੋ ਆਪਾਂ ਇਹ ਦੂਜੀ ਆਪਸ਼ਨ ਸਿਲੈਕਟ ਕਰਕੇ ਨੈਕਸਟ ਕਰਾਂਗੇ। ਇੱਥੇ ਆਪਾਂ ਨੇ ਲੈਂਗੁਏਜ ਸਿਲੈਕਟ ਕਰ ਲੈਣੀ ਹੈ, ਐਡੀਸ਼ਨ ਸਿਲੈਕਟ ਕਰਨਾ ਹੈ ਕਿ ਵਿੰਡੋਜ਼ ਦਾ ਕਿਹੜਾ ਐਡੀਸ਼ਨ ਚਾਹੀਦਾ ਹੈ, ਅਤੇ ਤੀਜੀ ਆਪਾਂ ਨੇ ਕਰ ਲੈਣਾ ਆਪਣਾ ਆਰਕੀਟੈਕਚਰ। ਇਹਨਾਂ ਸਾਰੀਆਂ ਆਪਸ਼ਨਸ ਨੂੰ ਚੇਂਜ ਕਰਨ ਲਈ ਇੱਥੋਂ ਟਿੱਕ ਹਟਾਉਣੀ ਪਊਗੀ। ਉਦੋਂ ਬਾਅਦ ਜਿਹੜੀ ਜ਼ਰੂਰੀ ਗੱਲ ਹੈ ਉਹ ਹੈਗੀ ਹੈ ਆਰਕੀਟੈਕਚਰ, ਵੀ ਆਪਣਾ ਆਰਕੀਟੈਕਚਰ ਕਿਹੜਾ ਵਿੰਡੋਜ਼ ਦਾ, 32-bit ਕਰਨੀ ਹੈ ਕਿ 64-bit ਕਰਨੀ ਹੈ ਕਿ ਦੋਨੋਂ ਕਰਨੀਆਂ ਨੇ। ਇੱਥੋਂ ਮੇਰਾ ਸਿਸਟਮ ਜਿਹੜਾ ਉਹ 64-bit ਹੈ, ਅਤੇ ਹੁਣ ਜਿਹੜੇ ਵੀ PC ਵਗੈਰਾ ਆ ਰਹੇ ਨੇ ਉਹ ਸਾਰੇ 64-bit ਹੀ ਨੇ। ਜੇ ਤੁਹਾਡਾ ਕੋਈ ਸਿਸਟਮ ਬਹੁਤ ਜ਼ਿਆਦਾ ਓਲਡ ਹੈ ਤਾਂ ਉਹਦੇ 'ਚ ਤਾਂ ਇਹ ਵਿੰਡੋਜ਼ ਇੰਸਟਾਲ ਹੋਊਗੀ ਨਹੀਂ, ਮਤਲਬ ਕਿ ਵਧੀਆ ਨਹੀਂ ਚੱਲੂਗੀ, ਸਮੂਥਲੀ ਨਹੀਂ ਚੱਲੂਗੀ। ਅਤੇ ਜਿਹੜੇ ਐਟ ਪ੍ਰੈਜੈਂਟ ਜਿਹੜੇ ਸਿਸਟਮ ਨਵੇਂ ਨੇ ਉਹ ਸਾਰੇ 64-bit ਹੀ ਨੇ, ਸੋ ਮੋਸਟ ਪ੍ਰੋਬੈਬਲੀ ਤੁਹਾਡਾ ਜਿਹੜਾ ਸਿਸਟਮ ਹੋਊਗਾ ਉਹ ਵੀ 64-bit ਹੀ ਹੋਏਗਾ। ਜੇ ਤੁਸੀਂ ਪਤਾ ਕਰਨਾ ਤਾਂ ਸਿਸਟਮ ਪ੍ਰੋਪਰਟੀਜ਼ 'ਚ ਜਾ ਕੇ ਉੱਥੇ ਲਿਖਿਆ ਹੁੰਦਾ ਹੈਗਾ ਕਿ ਕਿਹੜਾ ਹੈ ਤੁਹਾਡਾ ਸਿਸਟਮ। ਇੱਥੋਂ ਆਪਾਂ ਸਿਲੈਕਟ ਕਰਕੇ ਨੈਕਸਟ ਕਰਾਂਗੇ। ਇੱਥੇ ਫਿਰ ਆਪਣੇ ਕੋਲ ਦੋ ਆਪਸ਼ਨਸ ਨੇ, ਇੱਕ ਹੈਗਾ USB ਫਲੈਸ਼ ਡਰਾਈਵ, ਅਤੇ ਦੂਜੀ ਹੈਗੀ ਹੈ ISO ਫਾਈਲ। ਹੁਣ ਜੇ ਤਾਂ ਤੁਸੀਂ ਚੱਲਣਾ ਜਮਾਂ ਹੀ ਬੇਸਿਕ, ਮਤਲਬ ਤੁਹਾਨੂੰ ਕੋਈ ਝੰਝਟ 'ਚ ਨਹੀਂ ਪੈਣਾ ਤੁਸੀਂ, ਤਾਂ ਤੁਸੀਂ ਕਰ ਦਿਓ ਪਹਿਲੀ ਆਪਸ਼ਨ, ਉਦੋਂ ਬਾਅਦ ਕਰ ਦੇਣਾ ਪੈਨ ਡਰਾਈਵ ਲਗਾ ਕੇ ਕਰ ਦੇਣਾ ਨੈਕਸਟ। ਅਤੇ ਇਹ ਕੀ ਕਰੂਗਾ ਕਿ ਜਿਹੜੀ ਆਪਣੀ ਆਪਾਂ ਪੈਨ ਡਰਾਈਵ ਲਗਾਈ ਹੋਊਗੀ ਉਹਨੂੰ ਫੋਰਮੈਟ ਕਰਕੇ ਉਹਦੇ ਉਹਨੂੰ ਬੂਟੇਬਲ ਬਣਾ ਕੇ ਉਹਦੇ 'ਚ ਵਿੰਡੋਜ਼ ਜਿਹੜੀ ਹੈਗੀ ਹੈ ਉਹਨੂੰ ਰਾਈਟ ਕਰ ਦੂਗਾ, ਮਤਲਬ ਜਿਹੜੀ ਆਪਣੀ ਪੈਨ ਡਰਾਈਵ ਹੈ ਉਹਨੂੰ ਇੰਸਟਾਲੇਸ਼ਨ ਮੀਡੀਆ ਬਣਾ ਦੂਗਾ, ਅਤੇ ਉਹਦੇ ਨਾਲ ਆਪਾਂ ਵਿੰਡੋਜ਼ ਨੂੰ ਇੰਸਟਾਲ ਕਰ ਸਕਾਂਗੇ। ਇਹ ਆਪਸ਼ਨ ਦੋ ਟਾਈਪ ਦੇ ਬੰਦਿਆਂ ਲਈ ਹੈ, ਪਹਿਲੇ ਤਾਂ ਉਹ ਹੋ ਗਏ ਜਿਹੜੇ ਕੋਈ ਜ਼ਿਆਦਾ ਆਪਣਾ ਮਤਲਬ ਟੈਕਨੀਕਲ ਨਹੀਂ ਜਾਣਾ ਚਾਹੁੰਦੇ, ਅਤੇ ਦੂਜੀ ਟਾਈਪ ਆ ਗਏ ਜਿਨ੍ਹਾਂ ਕੋਲ ਮਤਲਬ ਕੋਈ ਤੁਹਾਡੇ ਕੋਲ ਕੋਈ ਵਾਧੂ ਪੈਨ ਡਰਾਈਵ ਪਈ ਹੈ ਅਤੇ ਉਹਨੂੰ ਤੁਸੀਂ ਯੂਜ਼ ਨਹੀਂ ਕਰਦੇ, ਤਾਂ ਤੁਸੀਂ ਇਹ ਆਪਸ਼ਨ ਸਿਲੈਕਟ ਕਰਕੇ ਉਹ ਪੈਨ ਡਰਾਈਵ 'ਚ ਵਿੰਡੋ ਰਾਈਟ ਕਰਕੇ ਰੱਖ ਸਕਦੇ ਹੋ, ਅਤੇ ਜਦੋਂ ਵੀ ਤੁਹਾਡਾ ਮਨ ਕਰੇ ਉਸੇ ਪੈਨ ਡਰਾਈਵ ਨੂੰ ਪਲੱਗ ਕਰਕੇ ਉਹ 'ਚੋਂ ਇੰਸਟਾਲ ਕਰ ਸਕਦੇ ਹੋ। ਹੁਣ ਦੂਜੀ ਆ ਗਈ ISO ਫਾਈਲ। ਇਹ ਫਾਈਲ ਕਿਹੜੀ ਹੁੰਦੀ ਹੈ ਕਿ ਜਿਹੜੀ ਤੁਹਾਡੀ ਵਿੰਡੋਜ਼ ਦੀਆਂ ਜਿੰਨੀਆਂ ਵੀ ਫਾਈਲਸ ਨੇ ਉਹਨਾਂ ਨੂੰ ਡਾਊਨਲੋਡ ਕਰਕੇ ਉਹ ਇੱਕ ਫਾਈਲ 'ਚ ਸੇਵ ਕਰਕੇ ਰੱਖ ਦਿੰਦੀ ਹੈ। ਉਹਦੀ ਜਿਹੜੀ ਐਕਸਟੈਂਸ਼ਨ ਹੁੰਦੀ ਹੈ ਉਹ ਹੁੰਦੀ ਹੈ .iso। ਹੁਣ ਇਹਦਾ ਫਾਇਦਾ ਇਹ ਹੈ ਕਿ ਇਹ ਫਾਈਲ ਨੂੰ ਤੁਸੀਂ ਆਪਣੇ PC 'ਚ ਸੇਵ ਕਰਕੇ ਰੱਖ ਸਕਦੇ ਹੋ, ਅਤੇ ਜਦੋਂ ਤੁਹਾਡਾ ਦਿਲ ਕਰੇ ਉਦੋਂ ਤੁਸੀਂ ਇਹਨੂੰ ਪੈਨ ਡਰਾਈਵ 'ਚ ਰਾਈਟ ਕਰਕੇ ਵਿੰਡੋਜ਼ ਨੂੰ ਇੰਸਟਾਲ ਕਰ ਸਕਦੇ ਹੋ। ਪਰ ਇਹ ਮੈਥਡ ਜਿਹੜਾ ਹੁੰਦਾ ਇਹ ਥੋੜ੍ਹਾ ਜਿਹਾ ਟਿਪੀਕਲ ਹੁੰਦਾ, ਕਿਉਂਕਿ ਐਂ ਨਹੀਂ ਹੁੰਦਾ ਕਿ ਤੁਸੀਂ ਜਿਹੜੀ ISO ਫਾਈਲ ਸੇਵ ਹੋਊਗੀ
ਉਹਨੂੰ ਸਿੱਧਾ ਹੀ ਕਾਪੀ ਪੇਸਟ ਕਰ ਦੋਗੇ ਪੈਨ ਡਰਾਈਵ 'ਚ ਅਤੇ ਉਹ ਵਿੰਡੋਜ਼ ਇੰਸਟਾਲ ਕਰ ਲਉਂਗੇ ਉਹਦੇ ਨਾਲ। ਇਸ ਤਰੀਕੇ ਨਾਲ ਇੰਸਟਾਲੇਸ਼ਨ ਨਹੀਂ ਹੋਊਗੀ ਕਿਉਂਕਿ ਜਿਹੜੀ ਪੈਨ ਡਰਾਈਵ ਹੈ ਉਹਨੂੰ ਆਪਾਂ ਨੂੰ ਪਹਿਲਾਂ ਬੂਟੇਬਲ ਬਣਾਉਣਾ ਪਊਗਾ ਅਤੇ ਫਿਰ ਇਹ ਫਾਈਲ ਨੂੰ ਉਹਦੇ 'ਚ ਰਾਈਟ ਕਰਨਾ ਪਊਗਾ। ਪਹਿਲਾ ਮੈਥਡ ਤਾਂ ਸੌਖਾ ਜਾਈਏ ਤਾਂ ਕਰਕੇ ਆਪਾਂ ਦੂਜਾ ਮੈਥਡ ਹੈ ਜਿਹੜਾ ਇਹਨੂੰ ਡਿਸਕਸ ਕਰ ਲੈਂਦੇ ਹਾਂ। ਇੱਥੋਂ ਦੂਜੀ ਆਪਸ਼ਨ ਸਿਲੈਕਟ ਕਰਕੇ ਆਪਾਂ ਨੇ ਕਰ ਦੇਣਾ ਨੈਕਸਟ। ਹੁਣ ਇੱਥੋਂ ਆਪਾਂ ਨੇ ਲੋਕੇਸ਼ਨ ਸਿਲੈਕਟ ਕਰਨੀ ਹੈ ਕਿ ਕਿੱਥੇ ਆਪਾਂ ਨੇ ISO ਫਾਈਲ ਨੂੰ ਸੇਵ ਕਰਨਾ। ਕੋਈ ਵੀ ਲੋਕੇਸ਼ਨ ਸਿਲੈਕਟ ਕਰਕੇ ਤੁਸੀਂ ਕਰ ਦੇਣਾ ਸੇਵ। ਅਤੇ ਹੁਣ ਜਿਹੜੀ ਹੈਗੀ ਵਿੰਡੋਜ਼ ਉਹ ਡਾਊਨਲੋਡ ਹੋਣੀ ਸਟਾਰਟ ਹੋ ਜੂਗੀ। ਮੈਂ ਪਹਿਲਾਂ ਹੀ ਕਰ ਰੱਖੀ ਹੈ ਤਾਂ ਕਰਕੇ ਮੈਂ ਇਹਨੂੰ ਕੈਂਸਲ ਕਰ ਦੂੰਗਾ। ਜਦੋਂ ਪੂਰੀ ਡਾਊਨਲੋਡ ਹੋ ਜੂਗੀ ਉਦੋਂ ਲਾਸਟ 'ਤੇ ਫਿਨਿਸ਼ ਦੀ ਆਪਸ਼ਨ ਹੀ ਆਉਂਦੀ ਹੁੰਦੀ ਹੈ ਅਤੇ ਉੱਥੋਂ ਆਪਾਂ ਫਿਨਿਸ਼ ਵਗੈਰਾ ਸੇਵ ਵਗੈਰਾ ਕਰਕੇ ਉਹਨੂੰ ਕਲੋਜ਼ ਕਰ ਦੇਣਾ। ਹੁਣ ਜਿਹੜੀ ਆਪਾਂ ਫਾਈਲ ਡਾਊਨਲੋਡ ਕਰੀ ਸੀ ਉਹ ਮੈਂ ਇੱਥੇ ਸੇਵ ਕਰ ਲਈ ਅਤੇ ਇਹਦਾ ਸਾਈਜ਼ ਹੈ ਜਿਹੜਾ ਇਹ 3.5 GB ਦੇ ਕਰੀਬ ਹੈ। 64-bit ਵਿੰਡੋਜ਼ ਹੈ ਇਹ। ਹੁਣ ਅਗਲਾ ਕੰਮ ਆਪਣਾ ਰਹਿ ਗਿਆ ਕਿ ਇਹ ਫਾਈਲ ਨੂੰ ਆਪਾਂ ਨੇ ਪੈਨ ਡਰਾਈਵ 'ਚ ਰਾਈਟ ਕਰਨਾ ਹੈ ਅਤੇ ਉਹ ਪੈਨ ਡਰਾਈਵ ਨੂੰ ਬੂਟੇਬਲ ਬਣਾਉਣਾ। ਉਹਦੇ ਲਈ ਆਪਾਂ ਨੂੰ ਇੱਕ ਸੋਫਟਵੇਅਰ ਦੀ ਲੋੜ ਪਊਗੀ, ਉਹਦਾ ਨਾਮ ਹੈ ਪਾਵਰ ISO। ਇਹਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ 'ਚ ਦੇ ਦੂੰਗਾ ਹੇਠਾਂ। ਸੋ ਲਿੰਕ ਜਦੋਂ ਖੋਲ੍ਹਾਂਗੇ ਆਪਣੇ ਕੋਲ ਇਹ ਪੇਜ ਆ ਜੂਗਾ। ਇੱਥੋਂ ਆਪਾਂ ਨੇ ਕਰ ਦੇਣਾ ਡਾਊਨਲੋਡ ਨਾਓ। ਡਾਊਨਲੋਡ ਨਾਓ ਕਰਨ ਤੋਂ ਬਾਅਦ ਆਪਣੇ ਕੋਲ ਇੱਥੇ ਮਿਲ ਜਾਂਦੀਆਂ ਨੇ ਦੋ ਆਪਸ਼ਨਸ, ਇੱਕ ਹੈਗਾ 32-bit ਅਤੇ 64-bit। ਮੇਰੇ ਵਿੰਡੋਜ਼ ਹੈਗੀ ਹੈ ਜਿਹੜੀ 64-bit, ਤਾਂ ਕਰਕੇ ਮੈਂ ਇਹੀ ਆਪਸ਼ਨ ਸਿਲੈਕਟ ਕਰੂੰਗਾ। ਇਹ ਸੋਫਟਵੇਅਰ 5 MB ਦਾ ਹੁੰਦਾ ਅਤੇ ਡਾਊਨਲੋਡ ਕਰਕੇ ਇਹਨੂੰ ਆਪਾਂ ਨੇ ਇੰਸਟਾਲ ਕਰ ਲੈਣਾ। ਹੁਣ ਆਪਣੇ ਕੋਲ ਵਿੰਡੋਜ਼ ਦੀ ਫਾਈਲ ਵੀ ਆ ਗਈ ਅਤੇ ਆਪਣਾ ਜਿਹੜਾ ਸੋਫਟਵੇਅਰ ਹੈ ਜਿਹਦੇ ਨਾਲ ਆਪਾਂ ਨੇ ਵਿੰਡੋਜ਼ ਨੂੰ ਪੈਨ ਡਰਾਈਵ 'ਚ ਰਾਈਟ ਕਰਨਾ ਉਹ ਵੀ ਆਪਾਂ ਨੂੰ ਮਿਲ ਗਿਆ। ਅਤੇ ਹੁਣ ਆਪਾਂ ਇਹ ਸੋਫਟਵੇਅਰ ਨੂੰ ਓਪਨ ਕਰਾਂਗੇ। ਓਪਨ ਕਰਨ ਤੋਂ ਬਾਅਦ ਆਪਾਂ ਜਾਵਾਂਗੇ ਇੱਥੇ ਟੂਲਸ 'ਚ ਅਤੇ ਇੱਥੇ ਜਾਣਾ ਕ੍ਰੀਏਟ ਅ ਬੂਟੇਬਲ USB ਡਰਾਈਵ। ਇੱਥੇ ਆਪਣੇ ਤੋਂ ਪਰਮਿਸ਼ਨ ਮੰਗੂਗਾ ਅਤੇ ਆਪਾਂ ਓਕੇ ਕਰ ਦੇਣਾ। ਹੁਣ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਇਹ ਆਪਾਂ ਨੂੰ ਕਹਿ ਰਿਹਾ ਕਿ ਇਮੇਜ ਫਾਈਲ ਸਿਲੈਕਟ ਕਰੋ। ਇੱਥੋਂ ਆਪਾਂ ਨੇ ਜਿਹੜੀ ਵੀ ਆਪਣੀ ਵਿੰਡੋਜ਼ ਦੀ ਫਾਈਲ ਜਿਹੜੀ ਆਪਣੀ ਹੈਗੀ ਆਪਾਂ ਡਾਊਨਲੋਡ ਕਰ ਰੱਖੀ ਹੈ ਜਿੱਥੇ ਵੀ ਕੀਤੀ ਹੈ, ਉਹ ਲੋਕੇਸ਼ਨ ਇਹਨੂੰ ਦੱਸ ਦੇਣੀ ਹੈ ਕਿ ਆਪਾਂ ਨੇ ਕਿੱਥੇ ਡਾਊਨਲੋਡ ਕੀਤੀ ਹੈ ਅਤੇ ਉੱਥੋਂ ਉਹਨੂੰ ਓਪਨ ਕਰ ਲੈਣਾ। ਸਿਲੈਕਟ ਕਰਕੇ ਫਾਈਲ ਨੂੰ ਓਪਨ 'ਤੇ ਕਲਿੱਕ ਕਰ ਦੇਣਾ। ਫਾਈਲ ਸਿਲੈਕਟ ਹੋ ਗਈ। ਹੁਣ ਇੱਥੇ ਦੂਜੀ ਆਪਸ਼ਨ ਹੈਗੀ ਹੈ ਡੈਸਟੀਨੇਸ਼ਨ USB ਡਰਾਈਵ। ਇਹ ਹੈਗੀ ਹੈ ਕਿ ਆਪਾਂ ਨੇ ਕਿਹੜੀ ਪੈਨ ਡਰਾਈਵ 'ਚ ਆਪਾਂ ਇਹਨੂੰ ਰਾਈਟ ਕਰਨਾ ਹੈ। ਹੁਣ ਮੈਂ USB ਨੂੰ ਪਲੱਗ ਕਰੂੰਗਾ। ਆ ਦੇਖੋ ਇੱਥੇ ਆ ਗਈ ਸੈਨਡਿਸਕ ਅਲਟਰਾ, ਇਹ ਮੇਰੀ USB ਹੈ, ਇਹਨੂੰ ਸਿਲੈਕਟ ਕਰੂੰਗਾ। ਹੁਣ ਤੀਜੀ ਗੱਲ ਜਿਹੜੀ ਇੰਪੋਰਟੈਂਟ ਹੈ, ਫਾਈਲ ਸਿਸਟਮ ਨੂੰ ਆਪਾਂ ਨੇ ਕਰ ਦੇਣਾ ਹੈ NTFS। NTFS ਨਾਲ ਇਹ 100% ਬੂਟੇਬਲ ਬਣ ਜਾਂਦੀ ਹੈ, ਬਾਕੀਆਂ ਦਾ ਮੈਨੂੰ ਕੋਈ ਸ਼ੋਰਟੀ ਨਹੀਂ ਹੈਗੀ, ਤਾਂ ਕਰਕੇ NTFS ਇੱਥੋਂ ਸਿਲੈਕਟ ਕਰ ਲੈਣਾ। ਅਤੇ ਇੱਥੇ ਰਾਈਟ ਮੈਥਡ ਨੂੰ ਕਰ ਲੈਣਾ USB HDD। ਉਦੋਂ ਬਾਅਦ ਕਰ ਦੇਣਾ ਆਪਾਂ ਨੇ ਸਟਾਰਟ। ਹੁਣ ਇੱਥੇ ਕਹੂਗਾ ਕਿ ਤੁਹਾਡਾ ਜਿਹੜਾ ਪੈਨ ਡਰਾਈਵ ਵਾਲਾ ਡੇਟਾ ਹੈ ਉਹ ਸਾਰਾ ਫੋਰਮੈਟ ਹੋ ਜੂਗਾ, ਤਾਂ ਕਰਕੇ ਪੈਨ ਡਰਾਈਵ ਜਿਹੜੀ ਵੀ ਤੁਸੀਂ ਲਗਾਓਗੇ ਉਹਦਾ ਬੈਕਅਪ ਜ਼ਰੂਰ ਲੈ ਲੈਣਾ। ਅਤੇ ਇੱਥੇ ਕਰ ਦੇਣਾ ਓਕੇ। ਹੁਣ ਇਹ ਜਿਹੜੀ ਆਪਾਂ ਨੇ ਪੈਨ ਡਰਾਈਵ ਪਲੱਗ ਕੀਤੀ ਹੈ ਉਹਨੂੰ ਇਹ ਫੋਰਮੈਟ ਕਰਕੇ ਬੂਟੇਬਲ ਬਣਾਉਣ ਲੱਗ ਜੂਗਾ। ਦੋਸਤੋ ਹੁਣ ਆਪਣੀ ਵਿੰਡੋਜ਼ ਸੀ ਜਿਹੜੀ ਉਹ ਪੂਰੀ ਤਰ੍ਹਾਂ ਰਾਈਟ ਹੋ ਚੁੱਕੀ ਹੈ ਪੈਨ ਡਰਾਈਵ 'ਚ, ਇੱਥੋਂ ਆਪਾਂ ਇਹਨੂੰ ਕਲੋਜ਼ ਕਰ ਦੇਣਾ। ਅਤੇ ਇੱਥੇ ਵੀ ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਵਿੰਡੋਜ਼ ਦੀ ਜਿਹੜੀ ਆਪਣੀ ਪੈਨ ਡਰਾਈਵ ਸੀ ਉਹ 'ਚ ਵਿੰਡੋਜ਼ ਦੀਆਂ ਫਾਈਲਸ ਆ ਚੁੱਕੀਆਂ ਨੇ। ਹੁਣ ਆਪਾਂ ਨੇ ਕੀ ਕਰਨਾ ਹੈ ਕਿ ਜਿਹੜੀ ਪੈਨ ਡਰਾਈਵ ਆਪਣੀ ਬੂਟੇਬਲ ਬਣ ਚੁੱਕੀ ਹੈ ਅਤੇ ਜਿਹੜੇ ਵੀ ਸਿਸਟਮ 'ਚ ਤੁਸੀਂ ਇਹਨੂੰ ਇੰਸਟਾਲ ਕਰਨਾ ਵਿੰਡੋਜ਼ ਨੂੰ, ਉਹਦੇ 'ਚ ਜਾ ਕੇ ਇਹਨੂੰ ਪਹਿਲਾਂ ਪਲੱਗ ਕਰ ਦੇਣਾ, ਪੈਨ ਡਰਾਈਵ ਨੂੰ ਲਗਾ ਦੇਣਾ ਅਤੇ ਫਿਰ ਉਹ ਸਿਸਟਮ ਨੂੰ ਔਨ ਕਰਨਾ। ਜਦੋਂ ਔਨ ਕਰਾਂਗੇ ਉਦੋਂ ਬਾਅਦ ਇਹ ਆਪਣੀ ਪੈਨ ਡਰਾਈਵ ਨੂੰ ਆਟੋਮੈਟਿਕਲੀ ਡਿਟੈਕਟ ਕਰਕੇ ਇਹਦੇ 'ਚ ਬੂਟ ਕਰਨ ਲੱਗ ਜੂਗਾ, ਮਤਲਬ ਕਿ ਵਿੰਡੋਜ਼ ਦੀ ਇੰਸਟਾਲੇਸ਼ਨ ਸਟਾਰਟ ਹੋਣ ਲੱਗ ਜੂਗੀ। ਜੇ ਇਨ ਕੇਸ ਤੁਹਾਡੇ ਨਾਲ ਇੱਦਾਂ ਨਹੀਂ ਹੁੰਦਾ ਕਿ ਪੈਨ ਡਰਾਈਵ 'ਚ ਬੂਟ ਨਹੀਂ ਕਰਦਾ, ਤਾਂ ਤੁਹਾਨੂੰ ਆਪਣੇ BIOS 'ਚ ਜਾ ਕੇ ਕੁਝ ਸੈਟਿੰਗਸ 'ਚ ਚੇਂਜ ਕਰਨੀਆਂ ਪੈਣਗੀਆਂ। ਮਤਲਬ ਕਿ ਬੂਟ ਡਿਵਾਈਸ ਪ੍ਰਾਇਓਰਟੀ ਦੀ ਆਪਸ਼ਨ ਹੁੰਦੀ ਹੈ ਉੱਥੇ ਕਿਤੇ ਨਾ ਕਿਤੇ, ਉਹਦੇ 'ਚ ਤੁਹਾਨੂੰ ਆਪਣੀ ਜਿਹੜੀ ਪੈਨ ਡਰਾਈਵ ਹੈ ਉਹਨੂੰ ਉੱਪਰ ਲੈ ਕੇ ਆਉਣਾ ਪਊਗਾ। ਦੋਸਤੋ ਹੁਣ ਆਪਾਂ ਦੇਖਾਂ ਕਿ ਵਿੰਡੋਜ਼ ਨੂੰ ਅੱਗੇ ਫਰਦਰ ਕਿਸ ਤਰ੍ਹਾਂ ਇੰਸਟਾਲ ਕਰਨਾ ਹੈ। ਹੁਣ ਮੈਂ ਆਪਣੇ PC 'ਤੇ ਪੈਨ ਡਰਾਈਵ ਲਗਾ ਕੇ ਉਹਨੂੰ ਔਨ ਕੀਤਾ ਅਤੇ ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਵਿੰਡੋਜ਼ ਦੀ ਇੰਸਟਾਲੇਸ਼ਨ ਜਿਹੜੀ ਆ ਉਹ ਸਟਾਰਟ ਹੋ ਗਈ ਹੈ। ਇੱਥੋਂ ਆਪਾਂ ਨੇ ਆਪਣੀ ਲੈਂਗੁਏਜ ਵਗੈਰਾ ਸਿਲੈਕਟ ਕਰ ਲੈਣੀ ਹੈ ਅਤੇ ਉਹ ਤੋਂ ਬਾਅਦ ਨੈਕਸਟ ਕਰ ਦੇਣਾ।
ਤੇ ਹੁਣ ਆਪਾਂ ਨੇ ਕਰ ਦੇਣਾ ਇੰਸਟਾਲ ਨਾਓ। ਜੇ ਤੁਹਾਡੇ ਕੋਲ ਪ੍ਰੋਡਕਟ ਕੀ ਹੈ ਤਾਂ ਪ੍ਰੋਡਕਟ ਕੀ ਭਰ ਦੇਣੀ ਹੈ, ਅਤੇ ਜੇਕਰ ਨਹੀਂ ਹੈਗੀ ਤਾਂ ਇੱਥੇ ਕਰ ਦੇਣਾ ਆਈ ਡੋਂਟ ਹੈਵ ਪ੍ਰੋਡਕਟ ਕੀ। ਹੁਣ ਇੱਥੇ ਆਪਾਂ ਨੇ ਵਿੰਡੋਜ਼ 10 ਪ੍ਰੋ ਸਿਲੈਕਟ ਕਰ ਲੈਣੀ ਹੈ। ਐਨ ਵਾਲੇ ਵਰਜ਼ਨ ਹੈ ਜਿਹੜੇ ਉਹ ਕੰਟਰੀਜ਼ ਵਾਸਤੇ ਹੈ ਜਿੱਥੇ ਪ੍ਰਾਈਵੇਸੀ ਰਿਲੇਟਡ ਇਸ਼ੂਜ਼ ਹੋਏ ਸੀ, ਜਿਵੇਂ ਕਿ ਯੂਰਪ ਵਗੈਰਾ 'ਚ ਹੋਏ ਸੀ। ਇੱਥੇ ਆਈ ਐਕਸੈਪਟ ਕਰਕੇ ਨੈਕਸਟ ਕਰ ਦੇਣਾ। ਹੁਣ ਇੱਥੇ ਕਰ ਦੇਣਾ ਕਸਟਮ ਇੰਸਟਾਲ। ਅਪਗ੍ਰੇਡ ਨਹੀਂ ਕਰਨਾ, ਕਸਟਮ ਕਰਨਾ, ਕਿਉਂਕਿ ਆਪਾਂ ਪੂਰੀ ਤਰ੍ਹਾਂ ਸ਼ੁਰੂ ਤੋਂ ਇੰਸਟਾਲੇਸ਼ਨ ਕਰਨ ਜਾ ਰਹੇ ਹਾਂ। ਇੱਥੇ ਇਹ ਜਿਹੜੇ ਡਰਾਈਵ ਸ਼ੋ ਹੋ ਰਹੇ ਨੇ ਇਹ ਮੇਰੇ ਪਹਿਲਾਂ ਵਾਲੇ ਡਰਾਈਵਸ ਨੇ, ਇਹਨਾਂ ਸਾਰਿਆਂ ਨੂੰ ਹੁਣ ਆਪਾਂ ਡਿਲੀਟ ਕਰਾਂਗੇ ਇੱਕ ਇੱਕ ਕਰਕੇ। ਡਿਲੀਟ ਕਰਨ ਤੋਂ ਬਾਅਦ ਆਪਾਂ ਨੇ ਇਹ ਧਿਆਨ ਰੱਖਣਾ ਕਿ ਵਿੰਡੋਜ਼ ਨੂੰ ਤੁਸੀਂ ਕਿਹੜੇ ਡਰਾਈਵ 'ਚ ਇੰਸਟਾਲ ਕਰਨਾ ਹੈ। ਤੁਸੀਂ ਆਪਦੇ ਸਭ ਤੋਂ ਫਾਸਟੈਸਟ ਡਰਾਈਵ 'ਚ ਹੀ ਵਿੰਡੋਜ਼ ਨੂੰ ਇੰਸਟਾਲ ਕਰਿਓ। ਜੇ ਤੁਹਾਡੇ ਕੋਲ ਇੱਕ SSD ਲੱਗੀ ਹੋਈ ਹੈ ਤਾਂ ਤੁਸੀਂ SSD 'ਚ ਹੀ ਇੰਸਟਾਲ ਕਰਿਓ। ਹੁਣ ਇੱਥੇ ਜਿਵੇਂ ਆਪਾਂ ਨੇ ਸਾਰੇ ਡਰਾਈਵ ਸੀ ਜਿਹੜੇ ਇਹਨਾਂ ਨੂੰ ਡਿਲੀਟ ਕਰਤਾ, ਅਤੇ ਜਦੋਂ ਆਪਣੀ ਇੰਸਟਾਲੇਸ਼ਨ ਕੰਪਲੀਟ ਹੋ ਜੂਗੀ ਤਾਂ MyPC 'ਚ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਉੱਥੇ ਇਹ ਡਰਾਈਵ ਸ਼ੋ ਨਹੀਂ ਹੋਣਗੇ। ਹੁਣ ਇਹਨਾਂ ਨੂੰ ਸ਼ੋ ਕਰਨ ਲਈ ਆਪਾਂ ਨੇ ਕੀ ਕਰਨਾ ਹੈ, ਅਤੇ ਰਾਈਟ ਕਲਿੱਕ ਕਰਨਾ ਹੈ ਆਪਾਂ ਨੇ ਸਟਾਰਟ ਬਟਨ 'ਤੇ। ਉੱਥੇ ਹੁੰਦਾ ਹੈਗਾ ਡਿਸਕ ਮੈਨੇਜਮੈਂਟ, ਉੱਥੇ ਜਾ ਕੇ ਆਪਾਂ ਨੂੰ ਇਹ ਡਰਾਈਵ ਸ਼ੋ ਹੋਣਗੇ, ਅਤੇ ਉੱਥੇ ਰਾਈਟ ਕਲਿੱਕ ਕਰਕੇ ਉੱਥੇ ਕੋਈ ਆਪਸ਼ਨ ਹੁੰਦੀ ਹੈਗੀ ਨਿਊ ਵੋਲਿਊਮ, ਇੱਦਾਂ ਦਾ ਕੁਛ ਹੁੰਦਾ ਹੈਗਾ। ਮੇਰੀ ਇੱਕ ਵੀਡੀਓ ਆਈ ਸੀ RAID 0 ਦੇ ਰਿਲੇਟਡ, ਉਹਦੇ 'ਚ ਮੈਂ ਦੱਸਿਆ ਸੀ ਕਿ ਆਪਾਂ ਨੇ ਇਹਨਾਂ ਨੂੰ ਸ਼ੋ ਕਿਵੇਂ ਕਰਨਾ ਹੈ। ਉਹ ਵੀਡੀਓ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੂੰਗਾ। ਜੇ ਤੁਹਾਨੂੰ ਇੱਦਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਕਿ ਤੁਹਾਡੇ ਡਰਾਈਵ ਸ਼ੋ ਨਹੀਂ ਹੁੰਦੇ, ਤਾਂ ਤੁਸੀਂ ਉਹ ਵੀਡੀਓ ਦੀ ਹੈਲਪ ਨਾਲ ਉਹਨਾਂ ਨੂੰ ਸ਼ੋ ਕਰ ਸਕਦੇ ਹੋ। ਹੁਣ ਇੱਥੇ ਆਪਾਂ ਨੇ ਆਪਣੀ ਡਰਾਈਵ ਨੂੰ ਸਿਲੈਕਟ ਕਰ ਲੈਣਾ ਜਿਹੜੀ 'ਚ ਇੰਸਟਾਲੇਸ਼ਨ ਕਰਨੀ ਹੈ ਆਪਾਂ ਨੇ ਵਿੰਡੋਜ਼ ਦੀ। ਉਦੋਂ ਬਾਅਦ ਆਪਾਂ ਨੇ ਨੈਕਸਟ ਕਰ ਦੇਣਾ, ਇੱਥੋਂ ਓਕੇ ਕਰ ਦੇਣਾ। ਹੁਣ ਵਿੰਡੋਜ਼ ਦੀ ਜਿਹੜੀ ਇੰਸਟਾਲੇਸ਼ਨ ਹੈ ਉਹ ਸਟਾਰਟ ਹੋ ਗਈ ਹੈ, ਅਤੇ ਥੋੜ੍ਹਾ ਟਾਈਮ ਲਊਗੀ ਇੰਸਟਾਲ ਕਰਨ 'ਚ। ਇੰਸਟਾਲੇਸ਼ਨ ਤੋਂ ਬਾਅਦ ਇੱਥੇ ਆਪਾਂ ਨੇ ਕਰਦੇ ਨੇ ਰੀਸਟਾਰਟ ਨਾਓ, ਅਤੇ ਹੁਣ ਫਿਰ ਵਿੰਡੋਜ਼ ਰੀਸਟਾਰਟ ਹੋਊਗੀ ਅਤੇ ਆਪਣੀ ਇੰਸਟਾਲੇਸ਼ਨ ਜਿਹੜੀ ਥੋੜ੍ਹੀ ਬਹੁਤ ਰਹਿੰਦੀ ਆ ਉਹਨੂੰ ਕੰਟੀਨਿਊ ਕਰੂਗੀ। ਮੇਨ ਜਿਹੜਾ ਕੰਮ ਸੀ ਉਹ ਆਪਣਾ ਹੋ ਗਿਆ, ਹੁਣ ਤਾਂ ਬਸ ਥੋੜ੍ਹੀਆਂ ਬਹੁਤ ਆਪਸ਼ਨਸ ਵਗੈਰਾ ਹੁੰਦੀਆਂ ਨੇ ਉਹਨਾਂ ਨੂੰ ਹੀ ਆਪਾਂ ਨੇ ਸੈੱਟ ਕਰਨਾ। ਇੱਥੋਂ ਇੰਡੀਆ ਕਰਕੇ ਆਪਾਂ ਨੇ ਯੈਸ ਕਰ ਦੇਣਾ, ਇੱਥੋਂ ਇੰਗਲਿਸ਼ ਇੰਡੀਆ ਕਰਕੇ ਯੈਸ ਕਰ ਦੇਣਾ, ਇੱਥੇ ਕਰ ਦੇਣਾ ਸਕਿੱਪ, ਅਤੇ ਇੱਥੇ ਵੀ ਸਕਿੱਪ ਫੋਰ ਨਾਓ ਕਰ ਦੇਣਾ ਕਿਉਂਕਿ ਮੇਰੇ ਕੋਲ ਕੋਈ ਇਥਰਨੈਟ ਕੇਬਲ ਨਹੀਂ ਹੈਗੀ। ਹੁਣ ਇੱਥੇ ਆਪਾਂ ਨੇ ਆਪਣੇ PC ਦਾ ਕੋਈ ਨਾਮ ਦੇ ਦੇਣਾ, ਜਿਹੜਾ ਵੀ ਤੁਸੀਂ ਨਾਮ ਦੇਣਾ ਚਾਹੋ ਉਹ ਤੁਸੀਂ ਰੱਖ ਸਕਦੇ ਹੋ। ਫਿਰ ਕਰ ਦੇਣਾ ਨੈਕਸਟ, ਅਤੇ ਇੱਥੇ ਜੇ ਤੁਸੀਂ ਪਾਸਵਰਡ ਲਗਾਉਣਾ ਤਾਂ ਪਾਸਵਰਡ ਟਾਈਪ ਕਰ ਸਕਦੇ ਹੋ, ਜੇ ਨਹੀਂ ਲਗਾਉਣਾ ਤਾਂ ਸਿੱਧਾ ਨੈਕਸਟ ਕਰ ਸਕਦੇ ਹੋ। ਹੁਣ ਇੱਥੇ ਕੋਰਟਾਨਾ, ਇਹਨੂੰ ਮੈਂ ਯੂਜ਼ ਨਹੀਂ ਕਰਦਾ ਤਾਂ ਕਰਕੇ ਇਹਨੂੰ ਮੈਂ ਨੋ ਕਰੂੰਗਾ। ਜੇ ਤੁਸੀਂ ਯੂਜ਼ ਕਰਦੇ ਹੋ ਤਾਂ ਤੁਸੀਂ ਯੈਸ ਕਰ ਸਕਦੇ ਹੋ। ਹੁਣ ਇੱਥੇ ਕੋਈ ਵਾਧੂ ਦੀਆਂ ਆਪਸ਼ਨਸ ਹੁੰਦੀਆਂ ਜਿਵੇਂ ਸਪੀਚ ਰੈਕੋਗਨੀਸ਼ਨ ਹੋ ਗਿਆ, ਇਹਨਾਂ ਨੂੰ ਵੀ ਮੈਂ ਯੂਜ਼ ਨਹੀਂ ਕਰਦਾ। ਇਹ ਜਿਹੜੀਆਂ ਯੂਜ਼ ਨਹੀਂ ਮੈਂ ਕਰਦਾ ਚੀਜ਼ਾਂ ਉਹਨਾਂ ਨੂੰ ਮੈਂ ਇੱਥੋਂ ਔਫ ਕਰ ਦੂੰਗਾ, ਨੋ ਕਰ ਦੂੰਗਾ, ਇਹਨੂੰ ਵੀ ਮੈਂ ਨੋ ਕਰ ਦੂੰਗਾ। ਇੱਥੋਂ ਲੋਕੇਸ਼ਨ ਦੀ ਵੀ ਲੋੜ ਨਹੀਂ, ਇਹਨੂੰ ਵੀ ਮੈਂ ਨੋ ਕਰ ਦੂੰਗਾ। ਡਾਇਗਨੋਸਟਿਕ ਡਾਟਾ ਇਹਨੂੰ ਮੈਂ ਰੱਖ ਲੂੰਗਾ। ਐਡ ID ਦੀ ਵੀ ਲੋੜ ਨਹੀਂ, ਇਹਨੂੰ ਵੀ ਮੈਂ ਨੋ ਕਰ ਦੂੰਗਾ। ਇੱਥੋਂ ਫਿਰ ਕਰ ਦੇਣਾ ਐਕਸੈਪਟ। ਦੋਸਤੋ ਹੁਣ ਆਪਣੀ ਵਿੰਡੋਜ਼ ਪੂਰੀ ਤਰ੍ਹਾਂ ਇੰਸਟਾਲ ਹੋ ਚੁੱਕੀ ਹੈ, ਅਤੇ ਤੁਸੀਂ ਇਹਨੂੰ ਯੂਜ਼ ਕਰਨਾ ਸਟਾਰਟ ਕਰ ਸਕਦੇ ਹੋ। ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵੀਡੀਓ ਪਸੰਦ ਆਇਆ ਹੋਊਗਾ। ਜੇਕਰ ਤੁਹਾਡਾ ਕੋਈ ਸਵਾਲ ਜਾਂ ਸੁਝਾਅ ਹੈ ਤਾਂ ਤੁਸੀਂ ਹੇਠਾਂ ਕਮੈਂਟ ਬਾਕਸ 'ਚ ਮੈਂ ਤੋਂ ਪੁੱਛ ਸਕਦੇ ਹੋ। ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਦੋਸਤੋ ਅਗਲੀ ਵੀਡੀਓ 'ਚ, ਤਦ ਤੱਕ ਦੇ ਲਈ ਰੱਬ ਰਾਖਾ।